बेटा हुण आपां 6वीं क्लास का अध्याय 2 दी अभ्यास 2.2 शुरू कर रहे हैं। ध्यान नाल देखना है। क्वेश्चन है ढुकवें क्रम नाल जोड़ पता करो। फाइंड द सम बाय सुटेबल रीअरेंजमेंट। अरेंजमेंट करके जोड़ पता करनी, सीधा ही इनू जोड़ के नहीं करना। हुण तुसीं देखना किस तरह असी ढुकवां क्रम लभना है जां किस तरह असी रीअरेंजमेंट करनी है। तुसी अखीरला अक्षर देखना है बेटा, बस इत्थे की है 7, आ की है 8 ते आ की है 3। हुण अखीरले अक्षर दे विच किहड़े अक्षर नूं जोड़ के 0 10 बनता है। हुण दसो 7 दे विच 8 जोड़ के 10 बनता है जां 7 विच 3 जोड़ के। यस 7 विच 3 जोड़ के तुहाडा की बनता है 10 बनता है। ते हुण तुसी 7 विच 3 जोड़ोगे बेटा, समझ लगी गल। ते हुण किदा करना सवाल, ध्यान नाल देखना सारे ने। असी सब तो पहला 837 दे विच 363 नू जोड़ना है बेटा, ते 208 दी वारी बाद विच आएगी। देखो ध्यान नाल, 837 इत्थे ब्रैकेट लगा लेनी हुंदी है ते 363 नू जोड़न लगा हाँ। ध्यान नाल देखो, 7 ते 3 10, 0 उपर 1, 6 ते 3 9 ते 1 10, 0 उपर 1, 8 ते 1 9 ते 3 12। ਸਾਡੇ ਕੋਲ ਆ ਗਿਆ ਹੈ 1200 ਜਮ੍ਹਾਂ 208। ਹੁਣ ਇਹਦੇ ਵਿੱਚ ਅਸੀਂ 1200 ਦੇ ਵਿੱਚ 208 ਜੋੜਾਂਗੇ। 8 ਸੇਮ ਉਤਰ ਗਿਆ, 0 ਉਤਰ ਗਿਆ, 2 ਦੇ 2 4 ਤੇ 1। ਸਾਡਾ ਆਨਸਰ ਆ ਗਿਆ 1408, ਸਾਡਾ ਆਨਸਰ ਹੋਏਗਾ ਬੇਟਾ। ਲੱਗਿਆ ਸਮਝ ਕਿਸ ਤਰ੍ਹਾਂ ਅਸੀਂ ਜੋੜਾ ਬਣਾਉਣਾ ਹੈ? ਅਸੀਂ ਜੋੜਾ ਬਣਾਉਣਾ ਉਹਨਾਂ ਦੋ ਸੰਖਿਆਵਾਂ ਦਾ ਜਿਨ੍ਹਾਂ ਦਾ ਜੋੜ ਅਖੀਰ ਵਾਲੀ ਰਕਮਾਂ ਦਾ 10 ਆਉਂਦਾ ਹੋਏਗਾ। ਇਹਦੇ ਅਗਲਾ ਸਵਾਲ ਦੇਖੋ ਧਿਆਨ ਨਾਲ ਤੁਸੀਂ ਬੇਟਾ। ਹੁਣ ਸਾਡੇ ਕੋਲ 4 ਅੱਖਰ ਹੋ ਗਏ ਬੇਟਾ। ਇਹਦਾ ਅਖੀਰ 'ਚ 2 ਹੈ, ਇਹਦਾ 3 ਹੈ, 8 ਹੈ ਅਤੇ 7 ਹੈ। 2 ਨਾਲ 10 ਬਣਾਉਂਦਾ ਹੈ 8 ਅਤੇ 3 ਨਾਲ ਬਣਾਏਗਾ 7। ਅਤੇ ਹੁਣ ਤੁਸੀਂ ਕੀ ਲਿਖੋਗੇ? 1962 ਦੇ ਨਾਲ ਜੋੜਾ ਬਣਦਾ ਹੈ 1538 ਦਾ ਬ੍ਰੈਕਿਟ ਜਮ੍ਹਾਂ 453 ਦੇ ਨਾਲ ਜੋੜਾ ਬਣਾਏਗਾ 647 ਦਾ। ਹੁਣ ਤੁਸੀਂ 1962 ਦੇ ਵਿੱਚ ਬੇਟਾ ਜੋੜਨ ਲੱਗੇ ਹੋ 1538। 8 ਤੇ 2 10, 0 ਉੱਪਰ 1, 6 ਤੇ 1 7 ਤੇ 3 10, 0 ਉੱਪਰ 1, 9 ਤੇ 1 10 ਤੇ 5 15, 5 ਉੱਪਰ 1, 1 2 ਤੇ 1 3। ਤੁਹਾਡੇ ਕੋਲ ਇਸ ਬ੍ਰੈਕਟ ਨੂੰ ਜੋੜ ਕੇ 3500 ਆਇਆ ਹੈ। ਹੁਣ ਤੁਸੀਂ 453 ਦੇ ਵਿੱਚ 647 ਜੋੜਨ ਲੱਗੇ ਹੋ। 7 ਤੇ 3 10, 0 ਉੱਪਰ 1, 5 ਤੇ 1 6 ਤੇ 4 10, 0 ਉੱਪਰ 1, 6 ਤੇ 4 10 ਤੇ 1 11। ਤੁਹਾਡੇ ਕੋਲ ਆ ਗਿਆ ਹੈ 1100। ਹੁਣ ਤੁਸੀਂ ਕੀ ਜੋੜਾਂਗੇ? 3500 ਦੇ ਵਿੱਚ 1100 ਜੋੜਨ ਲੱਗੇ ਹਾਂ। 0 0 5 ਤੇ 1 6 3 ਤੇ 1 4, 4628 ਸਵਾਲ ਦਾ ਬੇਟਾ ਆਨਸਰ ਹੋਏਗਾ। ਜੋੜ ਬੜੇ ਧਿਆਨ ਨਾਲ ਕਰਨੀ ਹੈ, ਜੋੜ ਵਿੱਚ ਗਲਤੀ ਨਾ ਹੋ ਜਾਵੇ ਤੁਹਾਡੇ ਤੋਂ ਬੇਟਾ। ਦੂਜਾ ਭਾਗ ਵੀ ਖਤਮ ਹੋ ਗਿਆ ਹੈ। ਹੁਣ ਅਗਲਾ ਸਵਾਲ ਦੇਖੋ ਧਿਆਨ ਨਾਲ ਬੇਟਾ। ਇਹਦੇ ਵਿੱਚ ਕਹਿ ਰਿਹਾ ਢੁਕਵੇਂ ਕ੍ਰਮ ਨਾਲ ਗੁਣਨਫਲ ਪਤਾ ਕਰੋ। ਹੁਣ ਆਪਾਂ ਪ੍ਰੋਡਕਟ ਕਰਨੀ ਹੈ ਸੁਟੇਬਲ ਰੀਅਰੇਂਜਮੈਂਟ ਦੇ ਨਾਲ। ਫਿਰ ਹੋਈ ਗੱਲ, ਅਖੀਰਲਾ ਅੱਖਰ ਦੇਖੋ ਕੀ ਹੈ? 2, ਇੱਧਰ ਕੀ ਹੈ 8, ਇੱਧਰ ਕੀ ਹੈ 0। ਹੁਣ ਕਿਹੜੇ ਦੋ ਰਕਮਾਂ ਨੂੰ ਗੁਣਾ ਕਰਕੇ 0 ਆ ਰਿਹਾ? 2 ਨੂੰ 8 ਨਾਲ ਕਰਾਂਗੇ ਤਾਂ 16 ਹੁੰਦਾ, 0 ਨਹੀਂ ਆਇਆ ਨਾ। 2 ਨਾਲ 0 ਨੂੰ ਕਰਕੇ 0 ਆ ਰਿਹਾ, ਇਹਦਾ ਮਤਲਬ ਅਸੀਂ ਅਰੇਂਜਮੈਂਟ ਕੀ ਕਰਾਂਗੇ? 2 ਨਾਲ ਪਹਿਲਾਂ 50 ਨੂੰ ਗੁਣਾ ਕੀਤੀ ਜਾਏਗੀ, 1268 ਦੀ ਬਾਅਦ ਵਿੱਚ ਆਏਗੀ। ਹੁਣ 50 ਨੂੰ ਅਸੀਂ 2 ਨਾਲ ਗੁਣਾ ਕਰੀਏ, 2 ਨੂੰ 0 ਨਾਲ ਕੀਤੀ, 0 5 2 10, ਕਿੰਨਾ ਆ ਗਿਆ ਬੇਟਾ 100। ਇਹਦਾ ਮਤਲਬ ਹੁਣ 100 ਨੂੰ ਅਸੀਂ ਗੁਣਾ ਕਰਾਂਗੇ 1768 ਦੇ ਨਾਲ, ਅਤੇ ਸਾਰਾ ਆਨਸਰ ਆ ਕੀ ਆ ਗਿਆ? ਜਦੋਂ ਵੀ ਬੇਟਾ 10 ਨਾਲ ਗੁਣਾ ਕਰਨੀ ਹੋਵੇ, ਚਾਹੇ 100 ਨਾਲ, ਚਾਹੇ 1000 ਨਾਲ, ਚਾਹੇ ਕਿਸੇ ਨਾਲ ਵੀ, ਜੇ 0 0 1 ਤੋਂ ਬਾਅਦ 0 0 ਹੈ ਤਾਂ ਆਨਸਰ ਉਹੀ ਆ ਜਾਂਦਾ ਹੈ। ਨਾਲ 0 ਲੱਗਦੇ ਨੇ, 2 0 ਲੱਗ ਗਏ, ਇਹ ਤੁਹਾਡਾ ਆਨਸਰ ਹੋ ਗਿਆ। ਯਾਦ ਰੱਖਣਾ ਬੇਟਾ, ਜੇ ਆਪਾਂ ਕਿਸੇ ਵੀ ਰਕਮ ਨੂੰ 4 ਨੂੰ 100 ਨਾਲ ਗੁਣਾ ਕਰਾਂਗੇ ਤਾਂ 400 ਆਏਗਾ, 4 ਨੂੰ 10 ਨਾਲ ਕਰਾਂਗੇ ਤਾਂ 40 ਆਉਂਦਾ ਹੈ, ਜੇ 4 ਨੂੰ 1000 ਨਾਲ ਕਰਾਂਗੇ ਤਾਂ 4000 ਆਉਂਦਾ। ਇਹਦਾ ਮਤਲਬ ਇਹ ਕਿ ਆਨਸਰ ਉਹੀ ਆਉਂਦਾ ਪਰ ਅੱਗੇ 0 ਲੱਗਦੇ ਆ। ਇਸੇ ਕੰਸੈਪਟ ਨੂੰ ਵਰਤ ਕੇ ਮੈਂ ਤਾਂ 1 7 6 8 ਸੇਮ ਲਿਖ ਕੇ ਅੱਗੇ 2 0 ਲਗਾਏ ਨੇ, ਸਮਝ ਲੱਗ ਗਈ? ਅਗਲਾ ਸਵਾਲ ਦੇਖੋ ਬੇਟਾ। ਇਹ 4 ਹੈ, 6 ਹੈ ਅਤੇ 5 ਹੈ। 4 ਨੂੰ 6 ਨਾਲ ਗੁਣਾ ਕਰੀਏ, 6 ਚੌਕਾ 24, ਨਹੀਂ ਅਖੀਰ 'ਚ 0 ਨਹੀਂ ਆ ਰਿਹਾ। 4 ਨੂੰ 5 ਨਾਲ ਕਰੀਏ, 5 ਚੌਕਾ 20, ਅਖੀਰ 'ਚ 0 ਆ ਰਿਹਾ ਬੇਟਾ। ਇਸ ਕਰਕੇ ਅਸੀਂ 4 ਨਾਲ 25 ਨੂੰ ਬੇਟਾ ਗੁਣਾ ਕਰਾਂਗੇ, 4 × 25 ਅਤੇ 166 ਦੀ ਵਾਰੀ ਬਾਅਦ ਵਿੱਚ ਆਏਗੀ ਬੇਟਾ। ਪਹਿਲੇ ਅੱਖਰ ਨਾਲ ਦੇਖ ਲੈਂਦਾ ਹੁੰਦਾ,
ਟੈਨਰ ਇਹ ਸੋਚ ਰਿਹਾ ਬੇਟਾ 100 ਬਣ ਜੇ, 10 ਬਣ ਜੇ, 1000 ਬਣ ਜੇ, ਸਭ ਤੋਂ ਵਧੀਆ ਹੁੰਦਾ ਹੈ। ਹੁਣ 25 ਚੌਕਾ ਸਾਰਿਆਂ ਨੂੰ ਪਤਾ 100 ਹੁੰਦਾ ਹੈ, ਤੁਸੀਂ ਫਿਰ ਵੀ ਗੁਣਾ ਕਰਕੇ ਦੇਖ ਸਕਦੇ ਹੋ 25 ਨੂੰ 4 ਨਾਲ, 5 ਚੌਕਾ 20, 0 ਉੱਪਰ 2, 4 ਦੂਣੀ 8 ਅਤੇ 2 10, ਅਤੇ ਤੁਹਾਡੇ ਕੋਲ ਆ ਗਿਆ ਹੈ 100 ਗੁਣਾ 166। ਤੁਹਾਨੂੰ ਸਮਝਾ ਚੁੱਕਾ ਹਾਂ ਕਿ 100 ਨਾਲ ਗੁਣਾ ਕਰਨ ਦਾ ਮਤਲਬ ਹੈ 166 ਦੇ ਅੱਗੇ 2 ਜ਼ੀਰੋ ਦਾ ਲੱਗ ਜਾਣਾ, ਅਤੇ ਹੁਣ ਆਪਾਂ 166 ਨੂੰ ਜਦੋਂ 100 ਨਾਲ ਗੁਣਾ ਕੀਤੀ ਅਤੇ 166 ਦੇ ਅੱਗੇ ਕਿੰਨੇ ਜ਼ੀਰੋ ਲਾਏ, 2 ਜ਼ੀਰੋ ਲੱਗ ਗਏ। ਅਗਲਾ ਸਵਾਲ ਦੇਖੋ ਬੇਟਾ, 8 ਨੂੰ 1 ਨਾਲ ਕਰੀਏ ਤਾਂ 8 ਆਉਂਦਾ ਹੈ, 8 ਨੂੰ 5 ਨਾਲ ਕਰੀਏ 40 ਆਉਂਦਾ ਹੈ, ਤਾਂ ਮਤਲਬ 8 ਨੂੰ ਪਹਿਲਾਂ 125 ਨਾਲ ਗੁਣਾ ਕੀਤਾ ਜਾਏਗਾ, ਕਿਉਂਕਿ 40 ਦਾ ਅਖੀਰਲਾ ਅੱਖਰ 0 ਹੁੰਦਾ ਹੈ। ਅਤੇ 8 ਗੁਣਾ 125 ਇਕੱਠੇ ਬ੍ਰੈਕਟ ਵਿੱਚ ਲਿਖੇ ਗਏ, ਅਤੇ 291 ਦੀ ਵਾਰੀ ਬਾਅਦ 'ਚ ਆਏਗੀ। ਹੁਣ 125 ਨੂੰ ਅਸੀਂ 8 ਨਾਲ ਗੁਣਾ ਕਰਾਂਗੇ, 8 5 40, 0 ਉੱਪਰ 4, 8 ਦੂਣੀ 16 ਅਤੇ 4 20, 0 ਉੱਪਰ 2, 8 ਕਮ 8 ਅਤੇ 2 10। ਸਾਡੇ ਕੋਲ ਆ ਗਿਆ ਹੈ ਬੇਟਾ 1291, ਅਤੇ ਤੁਹਾਨੂੰ ਸਮਝ ਲੱਗ ਗਈ ਹੈ ਕਿ 291 ਤੋਂ ਬਾਅਦ ਕਿੰਨੇ ਜ਼ੀਰੋ ਲੱਗਣੇ ਨੇ, 3 ਜ਼ੀਰੋ ਲੱਗਣਗੇ। ਹੁਣ ਦੇਖੋ ਬੇਟਾ, ਅਖੀਰਲਾ ਅੱਖਰ ਹੈ 5, 9 ਅਤੇ 6, 5 9 45, ਨਹੀਂ 5 6 31, ਬਿਲਕੁਲ ਸਹੀ। ਅਸੀਂ ਇਸ ਅੱਖਰ ਨੂੰ ਪਹਿਲਾਂ 16 ਨਾਲ ਗੁਣਾ ਕਰਾਂਗੇ, ਮਤਲਬ 625 ਦਾ ਜੋੜਾ 16 ਨਾਲ ਬਣਿਆ ਹੈ, ਅਤੇ 279 ਸਾਡਾ ਵੱਖਰਾ ਲਿਖਿਆ ਜਾਏਗਾ। 625 ਨੂੰ 16 ਨਾਲ ਗੁਣਾ ਕਰਦੇ ਹਾਂ, 6 5 30, 0 ਉੱਪਰ 3, 6 ਦੂਣੀ 12, 13 14 15, 5 ਉੱਪਰ 1, 6 6 36 ਅਤੇ 1 37। 1 ਨਾਲ ਗੁਣਾ ਕਰੀਏ, 5 2 ਅਤੇ 6, 0, 5 5 10, 0 ਉੱਪਰ 1, 7 ਅਤੇ 1 8 9 10, 0 ਉੱਪਰ 1, 6 3 9 ਅਤੇ 1 10। ਸਾਡੇ ਕੋਲ ਕਿੰਨਾ ਆ ਗਿਆ ਬੇਟਾ, 10,000 ਬਣ ਗਿਆ ਹੈ ਸਾਡੇ ਕੋਲ, ਗੁਣਾ 279, ਅਤੇ ਆਂਸਰ 279 ਤੋਂ ਬਾਅਦ ਕਿੰਨੇ ਜ਼ੀਰੋ ਲੱਗ ਜਾਣਗੇ, 4 ਜ਼ੀਰੋਆਂ ਲੱਗ ਜਾਣਗੀ, ਉਹ ਤੁਹਾਡਾ ਆਂਸਰ ਹੋਏਗਾ ਬੇਟਾ। ਅਗਲਾ ਸਵਾਲ ਦੇਖੋ ਬੇਟਾ, ਪਹਿਲਾਂ ਅਸੀਂ ਢੁਕਵੇਂ ਕ੍ਰਮ ਨਾਲ ਜੋੜ ਸਿੱਖੀ, ਢੁਕਵੇਂ ਕ੍ਰਮ ਨਾਲ ਗੁਣਾ ਸਿੱਖ ਲਈ ਹੈ। ਦੋਨਾਂ ਦੇ ਵਿੱਚ ਇੱਕੋ ਹੀ ਕੰਸੈਪਟ ਹੈ ਕਿ ਅਖੀਰਲੇ ਅੱਖਰ ਨੂੰ ਜੋੜ ਵਿੱਚ ਜੋੜ ਕੇ 10 ਆਉਣਾ ਚਾਹੀਦਾ ਹੈ, ਅਤੇ ਗੁਣਾ ਵਿੱਚ ਗੁਣਾ ਕਰਕੇ 0 ਵਾਲਾ ਅੱਖਰ ਆਉਣਾ ਚਾਹੀਦਾ, 10 20 30 40 ਕੁਛ ਵੀ ਆ ਸਕਦਾ ਹੈ। ਹੁਣ ਕਹਿੰਦਾ ਹੇਠਾਂ ਦਿੱਤੀਆਂ ਵਿੱਚ ਹਰੇਕ ਦਾ ਮੁੱਲ ਪਤਾ ਕਰੋ। ਬੇਟਾ ਮੁੱਲ ਪਤਾ ਕਰਨਾ ਹੈ, ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈਗੀ ਕਿ ਕੋਈ ਢੁਕਵਾਂ ਕ੍ਰਮ ਨਹੀਂ ਹੈਗਾ, ਪਰ ਧਿਆਨ ਨਾਲ ਦੇਖਣਾ ਹੈ ਤੁਸੀਂ। ਇਹ ਸਾਡੇ ਕੋਲ ਪਹਿਲੀ ਰਕਮ ਹੈ 297 ਗੁਣਾ, ਗੁਣਾ ਦਾ ਮਤਲਬ ਅਖੀ ਨਾਲ ਹੀ ਹੈ ਰਕਮ, ਇਹ ਸਾਡੇ ਕੋਲ ਇੱਕ ਰਕਮ ਪੂਰੀ ਹੁੰਦੀ ਹੈ, ਜੋੜ ਤੋਂ ਬਾਅਦ ਇਹ ਰਕਮ ਤੁਹਾਡੀ ਦੂਜੀ, ਮਤਲਬ ਇਹ ਸਾਡਾ ਇੱਕ ਘਰ ਹੈ, ਇਹ ਸਾਡਾ ਦੂਜਾ ਘਰ ਹੈ, ਇਹ ਸਾਡਾ ਇੱਕ ਕਮਰਾ ਹੈ ਕਹਿ ਸਕਦੇ ਹੋ, ਇਹਨੂੰ ਦੂਜਾ ਕਮਰਾ ਕਹਿ ਸਕਦੇ ਹੋ। ਹੁਣ 2 ਰੂਮਸ ਹੈ ਤੁਹਾਡੇ ਕੋਲ, ਦੋਨੇ ਰੂਮਸ ਦੇ ਵਿੱਚ ਕੋਈ ਇੱਦਾਂ ਦਾ ਅੱਖਰ ਹੈਗਾ ਹੈ, ਇੱਦਾਂ ਦਾ ਕੋਈ ਡਿਜਿਟ ਹੈਗਾ ਹੈ ਜਿਹੜਾ ਦੋਨਾਂ ਅੱਖਰ ਰੂਮ ਦੇ ਵਿੱਚ ਦੋਨੇ ਹੀ ਕਮਰਿਆਂ ਦੇ ਵਿੱਚ ਸੇਮ ਹੈਗਾ ਹੈ, ਕਿਹੜਾ 297, ਇੱਧਰ ਵੀ ਹੈ ਅਤੇ ਇੱਧਰ ਵੀ ਹੈ। ਤੁਸੀਂ ਜ਼ੋਰ ਨਾਲ 297 ਨੂੰ ਆਵਾਜ਼ ਮਾਰ ਦੇਣੀ ਹੈ, ਬਾਹਰ ਨਿਕਲ ਗਿਆ 297 ਬ੍ਰੈਕਟ ਦੇ ਵਿੱਚ, ਹੁਣ ਕੀ ਬਚ ਗਿਆ, ਇਸ ਘਰ ਦੇ ਵਿੱਚੋਂ 297 ਬਾਹਰ ਨਿਕਲ ਗਿਆ, ਕੌਣ ਰਹਿ ਗਿਆ, 17 ਇਸ ਕਮਰੇ ਦੇ ਰਹਿ ਗਿਆ, ਜਮਾਂ ਇਸ ਕਮਰੇ ਦੇ ਵਿੱਚੋਂ ਵੀ 297 ਬਾਹਰ ਨਿਕਲ ਚੁੱਕਾ ਹੈ, ਅਤੇ ਕੌਣ ਰਹਿ ਗਿਆ, 3 ਰਹਿ ਗਿਆ ਬੇਟਾ। ਇਹਦਾ ਮਤਲਬ 297 ਜਦੋਂ 297 ਬਾਹਰ ਨਿਕਲਿਆ, ਤਾਂ ਉਸ ਤੋਂ ਬਾਅਦ ਨਾ ਜੋੜ ਆਉਣਾ ਨਾ ਕੁਛ, ਬ੍ਰੈਕਟ ਆਉਂਦੀ ਹੈ ਜਿਹਨਾਂ ਮਤਲਬ ਗੁਣਾ ਹੁੰਦੀ ਹੈ ਬੇਟਾ, ਅਤੇ 297 ਗੁਣਾ ਕਿਹਦੇ ਨਾਲ ਹੋਏਗਾ, 17 ਜਮ੍ਹਾਂ 3 ਮਤਲਬ 20 ਦੇ ਨਾਲ। ਹੁਣ ਆਪਾਂ 297 ਨੂੰ 20 ਨਾਲ ਬੇਟਾ ਗੁਣਾ ਕਰਨੀ ਹੈ, 0 ਨਾਲ ਕਿਸੇ ਨੂੰ ਵੀ ਗੁਣਾ ਕਰੀਏ 0 ਹੁੰਦਾ ਹੈ, 7 2 14, 4 ਉੱਪਰ 1, 9 2 18 ਅਤੇ 1 19, 9 ਉੱਪਰ 1, 2 2 4 ਅਤੇ 1 5, 0 4 9 5, ਇਹਦਾ ਆਂਸਰ ਆਇਆ ਹੈ 5 9 4 0, ਇਸ ਸਵਾਲ ਦਾ ਆਂਸਰ ਹੋਏਗਾ ਬੇਟਾ। ਸਮਝ ਲੱਗ ਰਹੀ ਹੈ ਕਿ ਤੁਸੀਂ ਦੇਖਣਾ ਹੈ ਕਿ 2 ਰੂਮਸ 2 ਕਮਰਿਆਂ ਦੇ ਵਿੱਚ ਕਿਹੜਾ ਅੱਖਰ ਜਿਹੜਾ ਹੈ ਦੋਨਾਂ ਦੇ ਵਿੱਚ ਬੈਠਾ ਹੈ, ਉਸ ਅੱਖਰ ਨੂੰ ਤੁਸੀਂ ਬਾਹਰ ਆਵਾਜ਼ ਮਾਰਨੀ ਹੈ। ਦੇਖੋ ਅਗਲਾ ਸਵਾਲ ਵੀ ਦੇਖੋ ਧਿਆਨ ਨਾਲ, ਹੁਣ ਇਹ ਤੁਹਾਡਾ ਪਹਿਲਾ ਕਮਰਾ ਹੈ, ਇਹ ਤੁਹਾਡਾ ਦੂਜਾ ਕਮਰਾ ਹੈ, ਦੋਨਾਂ ਦੇ ਵਿੱਚ ਦੇਖੋ 5 4 2 7 9 ਜਿਹੜੀ ਰਕਮ ਹੈ ਦੋਨਾਂ ਦੇ ਵਿੱਚ ਪਈ ਹੈ, ਅਸੀਂ 5 4 2 7 9 ਨੂੰ ਆਵਾਜ਼ ਮਾਰੀ ਹੈ ਅਤੇ ਬ੍ਰੈਕਟ ਲਗਾ ਲਈ ਹੈ। ਹੁਣ ਇਸ ਰਕਮ ਨੂੰ ਛੱਡ ਕੇ ਇਸ ਘਰ ਇਸ ਕਮਰੇ ਦੇ ਵਿੱਚ ਰਹਿ ਗਿਆ ਹੈ 92 ਜੋੜ ਦਾ ਨਿਸ਼ਾਨ ਅਤੇ 8। ਹੁਣ 92 ਦੇ ਵਿੱਚ ਪਹਿਲਾਂ 8 ਜੋੜਦੇ ਹਾਂ, 92 ਦੇ ਵਿੱਚ 8 ਜੋੜੇ ਅਤੇ 8 ਅਤੇ 2 10 100 ਆਉਂਦਾ ਹੈ, ਇਹਦਾ ਮਤਲਬ 5 4 2 7 9 ਕਿਹਦੇ ਨਾਲ ਗੁਣਾ ਹੋਏਗਾ, 100 ਨਾਲ, ਅਤੇ 100 ਨਾਲ ਗੁਣਾ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਸਿਖਾ ਚੁੱਕਾ ਹਾਂ ਕਿ ਜੋ ਰਕਮ ਗੁਣਾ 100 ਨਾਲ ਹੁੰਦੀ ਹੈ ਉਹੀ ਰਕਮ ਲਿਖ ਕੇ ਅੱਗੇ 2 0 ਲੱਗਦੇ ਨੇ, ਇਹ ਤੁਹਾਡਾ ਇਸ ਸਵਾਲ ਦਾ ਆਂਸਰ ਹੋਏਗਾ। ਅਗਲਾ ਸਵਾਲ ਦੇਖੋ, ਫਿਰ ਤੁਹਾਡੇ ਕੋਲ ਆ ਪਹਿਲਾ ਕਮਰਾ ਹੈ, ਆ ਤੁਹਾਡੇ ਕੋਲ ਦੂਜਾ ਕਮਰਾ ਹੈ, ਦੋਨਾਂ ਦੇ ਵਿੱਚ ਸਾਂਝੀ ਰਕਮ ਪਈ ਹੈ 8 1 2 6 5,
ब्रैकेट शुरू, पहले कमरे में बच गया है 169, फिर साइन माइनस का है इस करके माइनस लगेगा, दूजे कमरे के बच गया है 69। हूँ 169 के 69 नौ असी घटाना है बेटा, 9 के 9 गए 0, 6 के 6 गए 0, 1 उतर गया कितना आ गया 100। ये मतलब 8 1 2 6 5 असी कि गुणा करा 100 नाल, तो वो तो बहुत सौखा है, उही रकम लिख के अगे किन्ने जीरो लगते हैं, 2 0 लगाए जाते हैं, ये तो इस सवाल का आंसर होएगा। हूँ कह रहे बेटा ढुकवें गुण वरतते हुए गुणनफल पता करो, हूँ ध्यान देखना बेटा ढुकवें किदा वरतना है। हूँ ये देखो अखीरले अखर गुणा करके 0 नहीं आ रहा, हूँ कि ढुकवा गुण होएगा, इस असी वितरण विधि बोलते हैं बेटा, इंग्लिश विच क्या जाता है डिस्ट्रीब्यूशन। डिस्ट्रीब्यूशन मैथड, वो की मैथड है ध्यान देखना है, तुसी 738 इदा ही लिखना है गुणा 103 तोड़ना है 100 जमा 3, 100 जमा 3 तोड़ सकते हो ना। हुण ये तुहाडे कोल एक कमरा है जिसके अंदर 2 मैंबर बैठे ने, 100 है तो 1 3 है, ये 12 मैंबर बैठा है। हुण इस मैंबर ने जो घर के अंदर इस कमरे के अंदर जाना है तो हरेक मैंबर नूं मिलना है, तो सब तो पहला 738 किस मैंबर नूं मिलेगा गुणा 100 नूं मिलेगा, फिर जोड़ का निशान आएगा, ठीक है, फिर 738 किनू मिलेगा 3 मिलेगा। इस गल ध्यान देखना है बेटा, जिहड़ा इस ब्रैकेट के बाहर वाला मैंबर है पहला पहले मैंबर नू मिलेगा गुणा दे नाल, फिर जोड़ फिर ए गुणा दे नाल दूजे मैंबर नू मिलेगा। हुण 100 नाल गुणा करने तो मैं तुहानू सिखाई चुका है कि 738 तो बाद 2 0 लगा दो, गुणा करन दी लोड़ नहीं है, पर हुण 738 नू असी 3 नाल जरूर गुणा करके देखांगे, 8 2 24 4 उपर 2 3 3 9 ते 2 11 1 उपर 1 7 3 21 ते 1 22 साडे कोल आ गया है 2214। हुण असी बेटा जोड़ करनी है, ध्यान देखना है जोड़ किदा होएगी, पहला लिखांगे आपां 7 3 8 0 0, हुण असी लिखांगे 2214 किदा लिखदे हां, अखीर तो लिखदे हां 4 1 2 2 ते इन्हां नूं जोड़ांगे बेटा, जोड़ है ना 0 4 4 आ गया, 1 आ गया, 8 3 2 10 0 उपर 1 आ गया, 3 4 5 ते 1 6 7 उतर गया, ते 7 6 0 1 4 साडा इस सवाल का बेटा आंसर होएगा। उम्मीद है समझ आ रही है तुहानू, हुण अगला सवाल देखो बिल्कुल सेम इसे तरीके नाल करांगे असीं, साडे कोल है 854 गुणा 102, ते जिदा मैं समझाया 854 गुणा असीं लिखांगे 100 जमा 2। हुण 854 पहला किनू मिलेगा 100 नूं मिलेगा, फिर प्लस 854 किनू मिलेगा 2 नूं मिलेगा, 100 नाल तां तुहानूं पता ही है कि 854 तो बाद 2 0 लगते हैं। हुण 854 नूं असीं 2 नाल गुणा करन लगे हाँ, 4 2 8 5 2 10 0 1 8 2 16 ते 1 17, तो साढ़े कोल बेटा 1708 आ चुका है। हुण असीं 8 5 4 0 0 विच 1708 नूं जोड़न लगे हाँ, 8 ते 8 आ गया 0 आ गया, 7 ते 4 जोड़े 11 1 उपर 1, 5 6 ते 1 7 ते 8 सेम उतर गया, साढ़े कोल 8 7 1 0 8 आंसर होएगा बेटा। अगला सवाल देखो ध्यान नाल, अगले सवाल दे भी साढ़े कोल है 258 गुणा असीं लिखांगे 1000 जमा 8, याद रखना है बेटा 1 तो बाद 1 2 3 जीरोआं फिर प्लस 8, इस चीज़ का ध्यान रखना है। हूँ 258 पहला किनू मिलेगा 1000 नू मिलेगा, प्लस फिर 258 किनू मिलेगा 8 नू मिलेगा, 1000 का मतलब 258 तो बाद 3 जीरोआं होंदियां ने, प्लस हूँ आप 258 नू 8 नाल गुणा करन जा रहे हाँ, 8 8 64 4 उपर 6 8 5 40 ते 6 जोड़े 46 6 उपर 4 8 2 16 ते 4 20, ते साढ़े कोल आ गया है बेटा 20 ते 6 4। हुण असी 25 8 तो बाद 3 0 हैं, ते 2 0 6 4 पहले 4 लिखांगे फिर 6 लिखांगे फिर 0 फिर 2 नूं जोड़ांगे बेटा, 0 4 0 6 0 8 ते 2 10 0 उपर 1 5 ते 1 6 ते 2, इस तरह साढ़े सवाल का आंसर आया 2 6 0 0 6 4, इस सवाल का बेटा थोड़ा आंसर होएगा। अगला है बेटा 728 गुणा
इसमें लिखांगे 100 जमा 1, तो 728 पहला किनू मिलेगा 100 नू मिलेगा, जमा 728 किनू मिलेगा 1 नू, तो 100 नाल गुणा करनी तो बहुत ही सौखी है, 728 तो बाद 2 जीरो लग गए, तो 728 नू 1 नाल गुणा कीती तां वी तो 728 आएगा, क्योंकि किसी भी रकम नू 1 नाल गुणा करिए तो उही रकम वापस आ जाती है। इहदा मतलब 7 2 8 0 0 विच असी 728 जोड़ांगे, 8 याद रखना जोड़ वेले पिछली रकम पूरा करते हैं असी, 2 8 विच 7 जोड़ो, 8 ते 7 होंदे है 15, 5 उपर 1, 2 ते 1 3, साडा आंसर आ गया है बेटा 7 3 5 2 8, इस सवाल का आंसर होएगा। अगला भाग देखो बेटा ध्यान नाल, 5 4 3 7 नूं गुणा करांगे 1 2 3 0, 1000 जमा 1 नाल, ध्यान नाल देखना बेटा ये किद्दां तोड़ रहे हैं असी, 1 तो बाद जिन्ने अक्षर ने उन्नी जीरो लगनी है, 1000 जमा 1, पिछले सवाल दे तुसीं देख सकते हो 1 तो बाद सिर्फ 2 ही 0, 1 तो बाद 2 अक्षर सीगे, इस करके 100 जमा 1 आया सीगा। हुण 5 4 3 7 पहला किनू मिलेगा 1000 नूं, प्लस फिर 5 4 3 7 किनू मिलेगा 1 नूं, 1000 दा मतलब है 5 4 3 7 तो बाद 3 जीरोआं लग गईआं ते 1 नाल गुणा करन ते 5 4 3 7 ही वापस आ गया। हुण 5 4 3 7 तो बाद 3 जीरोआं दे विच जोड़ांगे 5 4 3 7, 7 3 4 7 5 12 2 1, 3 3 1 4, फिर 4 ते 5, साडा आंसर आ गया 5 4 4 2 4 3 7, इस सवाल का आंसर होएगा बेटा। अगले भाग दे विच देखो थोड़ा जा चेंज होया है, हुण 824 नूं गुणा करांगे असी 20 जमा 5 नाल बेटा, क्योंकि 25 है, 25 नूं असी की लिखांगे, पहला अक्षर जो भी उहदे बाद 0 पाणी, 20 जमा जिहदी थां ते 0 लिखिआ जमा ओह 5, हुण 824 पहलां किहनूं मिलेगा बेटा 20 नूं, प्लस फिर 824 किहनूं मिलेगा 5 नूं, हुण आपां पहलां 824 नूं 20 नाल बेटा गुणा करनी है, 0 नाल गुणा कीती सेम आ गया, 4 2 8, 2 2 4, 8 2 16, 0 8 सेम उतर गया, 4 सेम उतर गया, 6 ते 1 सानू मिल गया 1 6 4 8 0, हुण आपां 824 नूं बेटा 4 5 नाल गुणा करांगे, 5 4 20 0 पर 2, 5 2 10 ते 2 12 2 1, 8 5 40 ते 1 41, सानू 41 ते 20 मिल चुका है। हुण आपां की करना, इन्हां नूं जोड़ना है, 16 480 ते 4120 नूं जोड़न जा रहे हाँ, 0 8 2 10, 4 5 6 6 4 10, 0 1, साडा आंसर आ गया है बेटा 20600, साडा इस सवाल का आंसर होएगा। अगला सवाल है बेटा 504 गुणा 35, तो असी 504 गुणा 35 नूं की लिखांगे 30 जमा 5, ते आ गया 504 गुणा 30 जमा 504 गुणा 5, हुण असीं 504 नूं बेटा 30 नाल गुणा करांगे, 0 0 0, 4 3 12 5 3 15, 0 2 1 5 1, ਸਾਡੇ ਕੋਲ ਆ ਗਿਆ ਹੈ 15120। ਹੁਣ ਅਸੀਂ 504 ਨੂੰ ਬੇਟਾ 5 ਨਾਲ ਗੁਣਾ ਕਰਨ ਜਾ ਰਹੇ ਹਾਂ, 5 4 20, 0 ਉੱਪਰ 2 ਸੇਮ ਉਤਰ ਗਿਆ, 5 5 25, ਸਾਡੇ ਕੋਲ ਆ ਗਿਆ ਹੈ 2520। ਹੁਣ ਅਸੀਂ 15120 ਦੇ ਵਿੱਚ 2520 ਨੂੰ ਜੋੜਨ ਜਾ ਰਹੇ ਹਾਂ, 0 2 ਤੇ 2 4 5 ਤੇ 1 6 7 ਤੇ 1, 17640 ਸਾਡਾ ਇਸ ਸਵਾਲ ਦਾ ਬੇਟਾ ਆਂਸਰ ਹੋਏਗਾ। ਹੁਣ ਧਿਆਨ ਨਾਲ ਬੇਟਾ ਸਮਝਣਾ ਹੈ ਤੁਸੀਂ, ਇਸ ਪੂਰੇ ਵੀਡੀਓ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਜੋੜ ਦੇ ਢੁੱਕਵਾਂ ਕ੍ਰਮ ਪਤਾ ਕੀਤਾ ਸੀ, ਜਿਹਦੇ ਵਿੱਚ ਅਸੀਂ ਅਖੀਰਲੇ ਅਖੀਰਲੇ ਅੱਖਰ ਨੂੰ ਜੋੜ ਕੇ 10 ਲੱਭ ਰਹੇ ਸੀਗੇ, ਫਿਰ ਢੁੱਕਵਾਂ ਕ੍ਰਮ ਗੁਣਾ ਦਾ ਪਤਾ ਕੀਤਾ ਜਿਹਨੂੰ ਅਖੀਰਲੇ ਰਕਮਾਂ ਨੂੰ ਗੁਣਾ ਕਰਕੇ ਸਾਨੂੰ 10 20 30 40 ਮਿਲਦਾ ਹੋਵੇ, ਫਿਰ ਅਸੀਂ ਇਹ ਵਿਤਰਨ ਵਿਧੀ ਵੀ ਕੀਤੀ ਹੈ ਜਿਹਦੇ ਵਿੱਚ ਅਸੀਂ ਅੱਖਰ ਨੂੰ ਤੋੜ ਕੇ ਗੁਣਾ ਕਰ ਰਹੇ ਹਾਂ, ਅਤੇ ਇੱਕ ਅਸੀਂ ਕੀਤਾ ਹੈ 2 ਕਮਰਿਆਂ ਦੇ ਵਿੱਚੋਂ ਕੁਝ ਸਾਂਝੀ ਰਕਮ ਨੂੰ ਬਾਹਰ ਕੱਢਣਾ। ਉਮੀਦ ਰੱਖਦਾ ਕਿ ਤੁਹਾਨੂੰ ਇਹ ਚਾਰੋਂ ਟੋਪਿਕ ਚੰਗੀ ਤਰੀਕੇ ਨਾਲ ਸਮਝ ਆਏ ਹੋਣਗੇ। ਮੇਰੀ ਕੱਲ੍ਹ ਵਾਲੀ ਵੀਡੀਓ ਜਿਹੜੀ ਇਸ ਤੋਂ ਪਹਿਲਾਂ ਮੈਂ ਬਣਾਈ ਸੀ ਤੁਹਾਡੀ 2.1 ਅਭਿਆਸ ਦੀ, ਅਤੇ ਪਹਿਲੇ ਚੈਪਟਰ ਦੀ ਭਾਰਤੀ ਅਤੇ ਅੰਤਰਰਾਸ਼ਟਰੀ ਸੰਖਿਅਕ ਪ੍ਰਣਾਲੀ, ਉਸ ਬਾਰੇ ਧਿਆਨ ਨਾਲ ਸਮਝਿਓ, ਧਿਆਨ ਨਾਲ ਦੇਖਿਓ।
जेकर तुहानू मेरी वीडियो वधिया लगी होवे तो मेरे चैनल नू सबसक्राइब जो तुसी फोन दे उत्ते मेरी वीडियो देखते हो तो साइड ते सबसक्राइब लिखा हुआ आता है तुसी उसे सबसक्राइब नू जे दबा देने हो तो तुहानू मेरी अगली वीडियो अपने आप ही तुहाडे फोन ते शो हो जाएगी।